ਜੰਮੂ ਕਸ਼ਮੀਰ ਸਥਿਤ ਕਠੂਆ ਦੇ ਇੱਕ ਸਰਕਾਰੀ ਕਾਲਜ ਦੇ ਗੇਟ ਦੀ ਐਂਟਰੀ ਉੱਤੇ ਵਿਦਿਆਰਥੀਆਂ ਨੇ ਸੂਬੇ ਤੋਂ ਧਾਰਾ 370 ਹਟਾਏ ਜਾਣ ਮਗਰੋਂ ਤਿਰੰਗਾ ਲਹਿਰਾ ਦਿੱਤਾ ਅਤੇ ਭਾਰਤ ਮਾਤਾ ਕੀ ਜੈ ਦੇ ਨਾਅਰੇ ਵੀ ਲਗਾਏ। ਇਹ ਇਤਿਹਾਸਿਕ ਕਦਮ ਹੈ, ਮੈਂ ਇਸਕੀ ਸਰਾਹਨਾ ਕਰਤਾ ਹੂੰ। ਵੈਲਕਮ ਸਟੈਪ ਹੈ ਯੇ, ਔਰ ਆਪ ਜੈਸਾ ਸਮਝਤੇ ਹੈ ਕਿ ਭਾਰਤ ਕਾ ਧਵਜ ਜਬ ਜੰਮੂ ਕਸ਼ਮੀਰ ਕੇ ਅੰਦਰ ਲਹਿਰਾਤਾ ਥਾ ਤੋ ਜੰਮੂ ਕਸ਼ਮੀਰ ਰਾਜੇ ਕਾ ਧਵਜ ਵੀ ਉਸਕੇ ਸਾਥ ਹੋਤਾ ਥਾ, ਪਰੰਤੂ ਕਹੀਂ ਨਾ ਕਹੀਂ ਹਮ ਯੇ ਦੇਖਤੇ ਥੇ ਕਿ ਇਸ ਰਿਆਸਤ ਕੇ ਅੰਦਰ ਜਿਨ ਬਾਹਰ ਕੇ ਲੋਗੋਂ ਨੇ ਦੇਸ਼ ਕੋ ਆਜ਼ਾਦੀ ਦਿਲਾਈ, ਉਹਨਾਂ ਨੇ ਇਸ ਰਿਆਸਤ ਕੇ ਲਈ ਆਪਣੇ ਬਲੀਦਾਨ ਦੀਏ, ਚਾਹੇ ਵੋ ਸ਼ਾਮਾ ਪ੍ਰਸਾਦ ਮੁਖਰਜੀ ਹੋਂ ਜਾਂ ਅਨੇਕ ਵੀਰ ਯੋਧਾ ਹੋਂ, ਪਰੰਤੂ ਰਿਆਸਤ ਕਾ ਧਵਜ ਜੋ ਥਾ ਵੋ ਕਹੀਂ ਨਾ ਕਹੀਂ ਇੱਕ ਮੈਂ ਕਹੂੰਗਾ ਕਿ ਹਮ ਸਭ ਕੇ ਲੀਏ ਸਹੀ ਨਹੀਂ ਥਾ, ਕਿਉਂਕਿ ਵੋ ਕਸ਼ਮੀਰੀਓਂ ਕੋ ਮੈਂ ਪੁੱਛਣਾ ਚਾਹਤਾ ਹੂੰ ਕਿ ਆਪਨੇ ਕੌਨ ਸੀ ਕੁਰਬਾਨੀਆਂ ਇਸ ਰਿਆਸਤ ਕੇ ਲੀਏ ਦੀ ਹੈ, ਯਾ ਹਮ ਉਨਸੇ ਪ੍ਰਸ਼ਨ ਪੁੱਛਤੇ ਹੈ। ਔਰ ਆਜ ਹਮੇ ਵਾਕੇ ਮੇਂ ਖੁਸ਼ੀ ਹੈ ਕਿ ਰਿਆਸਤ ਕਾ ਝੰਡਾ ਉਤਾਰ ਕਰ ਇਸ ਦੇਸ਼ ਕਾ ਝੰਡਾ ਹਮਨੇ ਜੋ ਚੜਾਇਆ ਹੈ, 370 ਕਾ ਟੂਟਨਾ ਜੰਮੂ ਕਸ਼ਮੀਰ ਕੇ ਲੀਏ ਇੱਕ ਸਵਰਨਿਮ ਭਵਿਸ਼ਯ ਕਾ ਮੈਂ ਕਹੂੰਗਾ ਉਜਾਗਰ ਹੈ, ਆਨੇ ਵਾਲਾ ਦੌਰ ਜੋ ਹੈ ਵੋ ਇੱਕ ਜੰਮੂ ਕਸ਼ਮੀਰ ਕੇ ਇਤਿਹਾਸ ਮੇਂ ਸਵਰਨ ਅਕਸ਼ਰੋਂ ਮੇਂ ਲਿਖਾ ਜਾਏਗਾ, ਰੋਜ਼ਗਾਰ ਕੇ ਨਏ ਨਏ ਯਹਾਂ ਪੇ ਜੋ ਮੈਂ ਕਹੂੰਗਾ ਇਨਵੀਟੇਸ਼ਨਸ ਜੋ ਆਏਂਗੇ ਸਰਕਾਰ ਕੇ ਦੁਆਰਾ ਇੰਡਸਟਰੀਜ਼ ਕੋ ਵੋ ਯਹਾਂ ਪੇ ਸੈਟਅਪ ਹੋਂਗੀ, ਇੱਕ ਨੌਕਰੀਆਂ ਹਮਾਰੇ ਰਿਆਸਤ ਕੇ ਯੁਵਾਓਂ ਕੋ ਮਿਲੇਂਗੀ।